ਸ੍ਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਪਾਉ ਲਾਰੋ ਤੇ ਇੱਥੇ ਜਿੱਦਾਂ ਵਾਟਰਫਾਲ ਹੈਗਾ ਬਹੁਤ ਸੋਹਣਾ ਤੇ ਆਹ ਦੇਖੋ ਘੁੰਮ ਕੇ ਇੱਦਾਂ ਆ ਔਰ ਦੇਖੋ ਪਿੱਛੇ ਤੇ ਮੈਂ ਸਹਿਜਪਾਲ ਕਿੱਥੇ ਨੇ ਸਹਿਜਪਾਲ ਤੇ ਉਹ ਮੇਰੇ ਪਾਪਾ ਹੋਣੀ ਨੇ ਸਾਰੀ ਫੈਮਿਲੀ ਸਾਡੀ ਅਸੀਂ ਸਾਰੇ ਜਾਣੇ ਘੁੰਮਣ ਆਏ ਹਾਂ ਇੱਥੇ ਤੇ ਆ ਜਾਓ ਇਸ ਜਗ੍ਹਾ ਨੂੰ ਵੇਖਣ ਜਾਂਦੇ ਹੈਗੇ ਤੇ ਤੁਹਾਨੂੰ ਇੰਨਾ ਸੋਹਣਾ ਜਿਹੜਾ ਹੈਗਾ ਵਾਟਰਫਾਲ ਮੈਂ ਦਿਖਾਲਦਾ ਹੈਗਾ ਤੇ ਬਹੁਤ ਸੋਹਣੀ ਜਗ੍ਹਾ ਹੈਗੀ ਤੇ ਵਲੌਗ ਨੂੰ ਐਂਡ ਤੱਕ ਦੇਖਿਓ ਤੇ ਨਾਲ ਦੇ ਨਾਲ ਹੀ ਜਿਹੜਾ ਚੈਨਲ ਹੈਗਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚਲੋ ਚੱਲੀਏ ਜੀ ਆ ਜਾਓ ਵੇਖਦੇ ਵਾਟਰਫਾਲ ਸਾਡੇ ਘਰ ਦਾ ਸਾਰਿਆਂ ਤੋਂ ਖਤਰਨਾਕ ਬੰਦਾ ਹੈ ਇਹ ਬਹੁਤ ਸ਼ੈਤਾਨ ਬੰਦਾ ਹੋ ਗਿਆ ਸਾਡਾ ਇਹ ਜਿਉਂ ਜਿਉਂ ਵੱਡਾ ਹੁੰਦਾ ਹੈ ਬੰਦਾ ਬਹੁਤ ਸ਼ੈਤਾਨ ਹੋਈ ਜਾਂਦਾ ਹੈ ਜੀ ਉਹ ਦੇਖੋ ਨੀਚੇ ਜਾ ਰਹੇ ਆ ਕਿੱਦਾਂ ਤੇ ਮੈਂ ਵੀ ਹੁਣ ਚੱਲਿਆ ਥੱਲੇ ਮਿਹਰਬਾਨ ਵੀਰ ਜੀ ਪਹੁੰਚ ਚੁੱਕੇ ਨੇ ਥੱਲੇ ਤੇ ਤੁਹਾਨੂੰ ਥੱਲੇ ਜਾ ਕੇ ਜਿਹੜਾ ਹੈ ਥੱਲੇ ਉਹਦਾ ਵਿਊ ਸਾਰਾ ਦਿਖਾਲਦਾ ਹੈ ਮੈਂ ਤੇ ਚਲੋ ਚੱਲੀਏ ਮਿੱਤਰੋ ਸਾਰੇ ਜਾਣੇ ਇੰਜੋਏ ਕਰ ਰਹੇ ਨੇ ਉੱਥੇ ਅੱਗੇ ਤੇ ਮੈਂ ਹੁਣ ਜਾ ਰਿਹਾ ਥੱਲੇ ਰਸਤਾ ਬੜਾ ਖਤਰਨਾਕ ਜਿਹਾ ਹੈ ਜਿੱਦਾਂ ਇੱਥੇ ਥੱਲੇ ਉਤਰਨ ਵਾਲਾ ਤੇ ਸਹਿਜਪਾਲ ਬੜੇ ਖੁਸ਼ ਹੋ ਭਾਬੀ ਜੀ ਵੇਖੋ ਕਿੱਥੇ ਵੜਨ ਦੇ ਹੈ ਤੇ ਮਿਹਰਬਾਨ ਵੀਰ ਜੀ ਫੋਟੋਆਂ ਲੈ ਰਹੇ ਨੇ ਇਹਦੀਆਂ ਤੇ ਮੈਂ ਤੁਹਾਨੂੰ ਦਿਖਾਲਦਾ ਸਾਰਾ ਇੱਥੋਂ ਦਾ ਵਿਊ ਤੇ ਦੇਖੋ ਤੁਸੀਂ ਆਹ ਦੇਖੋ ਥੱਲੇ ਦਾ ਵਿਊ ਤੇ ਮੰਮਾ ਪਾਪਾ ਉੱਪਰ ਨੇ ਸਿਦਕ ਦੇ ਨਾਲ ਤੇ ਅਸੀਂ ਸਾਰੇ ਇੱਥੇ ਥੱਲੇ ਉਤਰ ਆਏ ਹਾਂਗੇ ਤੇ ਇਹਨਾਂ ਦਾ ਦੇਖੋ ਬੱਚੇ ਇੰਜੋਏ ਕਰ ਰਹੇ ਨੇ ਸਾਰਾ ਤੇ ਉਹ ਕਿੱਥੋਂ ਡਿੱਗ ਰਿਹਾ ਦੇਖੋ ਕਸਤਾ ਤਾਂ ਵਾਟਰਫਾਲ ਆ ਕਿੱਡਾ ਉੱਚਾ ਹੈਗਾ ਤੇ ਬਹੁਤ ਖੂਬਸੂਰਤ ਹੈਗਾ ਜੀ ਇਹ ਜਗ੍ਹਾ ਦਾ ਨਾਂ ਹੈਗਾ ਪਾਉ ਲਾਰੋ ਮੈਂ ਹੁਣ ਰਾਦਾ ਮੰਡਿਆ ਮੈਂ ਵਾਟਰਫਾਲ ਦੇ ਅੰਦਰ ਵੜਾਂ ਜਿੱਥੇ ਪਾਣੀ ਡਿੱਗਦਾ ਆਇਆ ਠੰਡ ਤੇ ਕਾਫੀ ਹੈਗੀ ਪਰ ਮਜ਼ਾ ਬੜਾ ਆਉਣਾ ਇਸ ਵਾਟਰਫਾਲ ਦੇ ਸਾਹਮਣੇ ਦਾ ਜਿਹੜਾ ਵਿਊ ਹੈਗਾ ਉਹ ਦੇਖ ਲਓ ਤੁਸੀਂ ਇੱਧਰ ਦੇਖੋ ਇਹਦੇ ਸਾਹਮਣੇ ਰੋਸ਼ਨੀ ਕਰਕੇ ਪੈ ਰਹੀ ਜਿੱਦਾਂ ਧੁੰਦਿਆ ਕਿ ਉੱਪਰ ਉਹਦੇ ਕਰਕੇ ਜਿਹੜੀਆਂ ਪਹਾੜੀਆਂ ਸਾਫ ਨਹੀਂ ਦਿਖ ਰਹੀਆਂ ਪਰ ਬਹੁਤ ਸੋਹਣਾ ਵਿਊ ਹੈਗਾ ਇਹਦਾ ਅਤੇ ਆਹ ਦੇਖੋ ਵਾਟਰਫਾਲ ਥੱਲੇ ਉੱਪਰ ਡਿੱਗਦਾ ਹੈਗਾ ਜਿਹੜਾ ਅਤੇ ਉੱਥੇ ਥੱਲੇ ਅਸੀਂ ਨੀਚੇ ਗਏ ਹੋਏਗੇ ਉੱਥੋਂ ਜਾ ਕੇ ਅਸੀਂ ਜਿਹੜੀ ਵੀਡੀਓ ਬਣਾਈ ਹੋਈ ਉੱਥੇ ਥੱਲੇ ਉੱਤਰ ਹੋਏਗੇ ਅਤੇ ਆਹ ਦੇਖੋ ਇੱਧਰ ਦਾ ਇੱਧਰ ਹੀ ਜਲ ਜਾਂਦਾ ਥੱਲੇ ਦਾ ਥੱਲੇ ਬਿਲਕੁਲ ਅਤੇ ਅੱਗੇ ਜਾ ਕੇ ਜਿਹੜੀ ਹੈਗੀ ਨਹਿਰ ਦੇ ਵਿੱਚ ਜਾ ਕੇ ਪੈ ਜਾਂਦਾ ਹੈਗਾ ਸਾਰਾ ਵਾਟਰਫਾਲ ਬਹੁਤ ਖੂਬਸੂਰਤ ਜਗ੍ਹਾ ਹੈਗੀ ਅਤੇ ਇਹਦੀ ਕੋਈ ਟਿਕਟ ਵਗੈਰਾ ਨਹੀਂ ਕੋਈ ਫੀਸ ਨਹੀਂ ਹੈਗੀ ਇਸ ਜਗ੍ਹਾ 'ਤੇ ਆਉਣ ਦੀ ਜਿੱਦਾਂ ਤੁਹਾਡਾ ਜਿਹੜਾ ਤੁਹਾਡਾ ਆਪਣਾ ਗੱਡੀ ਦਾ ਖਰਚਾ ਹੈਗਾ ਉਹੀ ਹੈਗਾ ਉਸ ਤੋਂ ਇਲਾਵਾ ਹੋਰ ਕੋਈ ਖਰਚਾ ਨਹੀਂ ਹੈਗਾ ਇਸ ਜਗ੍ਹਾ ਦੇ ਉੱਪਰ ਆਉਣ ਦਾ ਅਤੇ ਬਹੁਤ ਹੀ ਜ਼ਿਆਦਾ ਖੂਬਸੂਰਤ ਜਗ੍ਹਾ ਹੈ ਸਾਨੂੰ ਬਹੁਤ ਵਧੀਆ ਲੱਗੀ ਹੈ ਸਾਡੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਹੈਗਾ ਦੂਜੀ ਗੱਲ ਹੈ ਇੱਥੇ ਜੂਨ ਦਾ ਮਹੀਨਾ ਹੈਗਾ ਤਾਂ ਪਾਣੀ ਇਹਦਾ ਇੰਨਾ ਠੰਡਾ ਹੈਗਾ ਨਾ ਕਿ ਤੁਹਾਨੂੰ ਠੰਡ ਲੱਗਦੀ ਥੱਲੇ ਜਾ ਕੇ ਕੰਬਣੀਆਂ ਛਿੜਦੀਆਂ ਵੀਡੀਓ ਬਣਾਉਣ ਲੱਗਿਆ ਵੀ ਕਿੱਦਾਂ ਦਾ ਲੱਗਣ ਡਿਆ ਇੱਥੇ ਆ ਕੇ ਬਹੁਤ ਵਧੀਆ ਕਿੱਦਾਂ ਦੀ ਲੱਗੀ ਜਗ੍ਹਾ ਬਹੁਤ ਵਧੀਆ ਜਗ੍ਹਾ ਲੱਗੀ ਬਹੁਤ ਵਧੀਆ ਤੇ ਤੁਸੀਂ ਥੱਲੇ ਕਿਉਂ ਨਹੀਂ ਆਏ ਥੱਲੇ ਮੇਰੇ ਗੋਡੇ ਪਏ ਆ ਤੇ ਉਹ ਗੋਡਿਆਂ ਦੇ ਪ੍ਰੈਸ਼ਨ ਹੋਏ ਆ ਹਾਂਜੀ ਉਹ ਕਹਿੰਦੇ ਸੀ ਕਿ ਮਤਲਬ ਉੱਚੀ ਨਹੀਂ ਬੈਠਾ ਤੇ ਜ਼ੋਰ ਨਹੀਂ ਲਾਉਣਾ ਜ਼ਿਆਦਾ ਹਾਂਜੀ ਤੇ ਮੈਂ ਕਰਕੇ ਨਹੀਂ ਉੱਤਰੀ ਹੁਣ ਮੈਂ ਚੱਲ ਆ ਜਾਂਦੀ ਬਾਹਰ ਅੱਗੇ ਮੈਂ ਹੁੰਦੀ ਨਹੀਂ ਹਾਂ ਤੂੰ ਬਿਮਾਰ ਹਾਂ ਤੇ ਮੈਂ ਡਰਦੀ ਤੁਰ ਕੇ ਹਾਂ ਜੀ ਕਿ ਆ ਜਾਂਦੀ ਹਾਂ ਬਾਹਰ ਚਲੋ ਵਧੀਆ ਉਹ ਦੇਖੋ ਇੱਧਰ ਮੰਮਾ ਨੇ ਤੇ ਉਧਰ ਪਾਪਾ ਫੋਨ ਤੇ ਲੱਗੇ ਹੋਏ ਨੇ ਆਪਣਾ ਕੁਝ ਕਰ ਰਹੇ ਮੈਸੇਜ ਵਗੈਰਾ ਕਰ ਰਹੇ ਹੋਣੇ ਤੇ ਇੱਧਰ ਬੱਚੇ ਜਿਹੜੇ ਆ ਕੇ ਇੰਜੋਏ ਕਰ ਰਹੇ ਨੇ ਆਪਣਾ ਕਿੱਥੇ ਬੈਠੇ
हाँ जी, वह देखो जरा झरना उतो डिगदा जिथे पहले तुम दिखा लिया है, वह उतो आके जिदा इतने डिगदा है। हाँ जी, थले एक और छोटा जहा झरना क्रिएट हों, उस तो बाद सारा सारा जाके जो इतने एक नहर हैगी उथे जाके वे रल जाता है। लगा थानू इतने अति सुंदर लगा थानू है, इन्हों मतलब पूरे नज़ारे आए जो अति सुंदर गाए तो फिर पूरा खूबसूरत होंगे इन्होंने वास्ते। देखो ये आले दुआले का जो व्यू है, पहाड़ियाँ बहुत खूबसूरत ने ये आले दुआले, तो बिल्कुल बचकार है ये, तो इतने जिदा तुम रोड से इतने आ गए हो, तो इतने आके जिदा तीन या चार गड्डिया की पार्किंग हैगी, तो उस तो अलावा पार्किंग नहीं हैगी इतने, तो सामने जोड़ा है बिल्कुल ही पार्किंग के नाल जो वाटरफॉल है तो तुम देख सकते हो, थले भी उतर सकते हो गए, तो बहुत सोहनी जगह हैगी। इस जगह का नाँ है जी पावलारो, तो इटली हैगी जगह, तो कमेंट करके जरूर दस्यो तुहानू किदां दा लगदा साडा ब्लॉग, तो साडे चैनल नू सबसक्राइब करियो जी, तो मिलते हैं एक नवी वीडियो दे विच। ओके बाय।